ਪੰਜਾਬ ਸਰਕਾਰ ਦੁਆਰਾ ਪੇਸ਼ ਕੀਤੇ ਗਏ ਬਜਟ ਤੇ ਵਿਰੋਧੀ ਪੱਖ ਪੂਰਾ ਸਖਤ ਨਜ਼ਰ ਆ ਰਿਹਾ ਹੈ। ਜਲੰਧਰ ਦੇ ਪ੍ਰੋਗਰਾਮ ਵਿੱਚ ਪਹੁੰਚੇ ਪੰਜਾਬ ਦੇ ਸਾਬਕਾ ਕੈਬਨਿਟ ਮੰਤਰੀ ਅਤੇ ਅਕਾਲੀ ਨੇਤਾ ਦਲਜੀਤ ਸਿੰਘ ਚੀਮਾ ਨੇ ਕਿਹਾ ਕਿ ਜੋ ਪੰਜਾਬ ਸਰਕਾਰ ਵੱਲੋਂ ਬਜਟ ਪੇਸ਼ ਕੀਤਾ ਗਿਆ ਹੈ ਉਹ ਪੰਜਾਬ ਦੇ ਕਿਸਾਨਾਂ ਦੇ ਨਾਲ ਨਹੀਂ ਬਲਕਿ ਪੰਜਾਬ ਦੇ ਲੋਕਾਂ ਨਾਲ ਵੀ ਧੋਖਾ ਹੋਇਆ ਹੈ। ਇਸ ਤੋਂ ਇਲਾਵਾ ਉਹਨਾਂ ਨੇ ਹੋਰ ਕੀ ਕੁਝ ਕਿਹਾ, ਆਓ ਸੁਣਦੇ ਹਾਂ। ਦੇਖੋ, ਪੰਜਾਬ ਦੀ ਕਿਸਾਨੀ ਦੇ ਨਾਲ ਬਹੁਤ ਵੱਡਾ ਫਰਾਡ ਹੋਇਆ। ਤੁਸੀਂ ਇਲੈਕਸ਼ਨ ਮੈਨੀਫੈਸਟੋ ਦੇ ਵਿੱਚ ਕੀਤਾ ਵਾਅਦਾ ਪੜ੍ਹੋ ਔਰ ਕੈਪਟਨ ਸਾਹਿਬ ਦੀਆਂ ਜਿਹੜੀਆਂ ਉਸ ਵੇਲੇ ਦੀਆਂ ਸਟੇਟਮੈਂਟ ਹੈ ਵੀਡੀਓ ਉਹ ਦੇਖੋ, ਅਤੇ 90,000 ਕਰੋੜ ਦਾ ਜਿਹੜਾ ਕਰਜ਼ਾ ਆ ਉਹਦੀ ਮਾਫ਼ੀ ਦਾ ਵਾਅਦਾ ਜਿਹੜਾ ਇਹਨਾਂ ਨੇ ਕੀਤਾ ਸੀ। ਪਿਛਲੇ ਬਜਟ ਦੇ ਵਿੱਚ 1500 ਕਰੋੜ ਰੱਖਿਆ ਸੀ ਔਰ 1500 ਦੇ ਵਿੱਚੋਂ 250 ਕਰੋੜ ਬੜੀ ਮੁਸ਼ਕਲ ਦੇ ਨਾਲ ਇਸਤੀਫਾ ਕੀਤਾ। ਹੁਣ 4500 ਕਰੋੜ ਰੱਖਿਆ ਔਰ ਇਹ ਜਿਹੜੇ ਪੈਸੇ ਆ ਇਹਨਾਂ ਨੇ ਬਜਟ ਦੇ ਵਿੱਚੋਂ ਰਿਲੀਜ਼ ਨਹੀਂ ਕਰ ਪਾਉਂਦੇ ਕਿਉਂਕਿ ਬਜਟ ਬਹੁਤ ਹੀ ਫਰਾਡ ਕੀਤਾ, ਸਾਰੀਆਂ ਫਿਗਰਸ ਫਜ ਕੀਤੀਆਂ।